ਸਤਿ ਸ਼੍ਰੀ ਅਕਾਲ ਜੀ, ਤੁਸੀਂ ਲੋਕਰਾਏ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ ਪਰਮਿੰਦਰ ਸਿੰਘ। ਅੱਜ ਜਿਹੜਾ ਫਿਰ NSA ਲਗਾ ਕੇ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਦੇ ਉੱਤੇ ਵਾਧਾ ਕਰ ਦਿੱਤਾ ਗਿਆ ਪੰਜਾਬ ਸਰਕਾਰ ਕੰਨਿਓ, ਇਸ ਵਕਤ ਮੇਰੇ ਨਾਲ ਸੀਨੀਅਰ ਵਕੀਲ ਹਰਪਾਲ ਸਿੰਘ ਖਾਰਾ ਜੁੜ ਚੁੱਕੇ ਨੇ। ਖਾਰਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਰਾ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਕਿ ਜਿਸ ਤਰੀਕੇ ਦੇ ਨਾਲ ਅੱਜ ਫਿਰ ਜਿਹੜਾ ਹੈਗਾ 18 ਮਾਰਚ ਨੂੰ NSA ਲੱਗੀ ਸੀ ਤੇ ਵਾਧਾ ਕਰ ਦਿੱਤਾ ਗਿਆ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਪਾਲ ਤੇ ਅੰਮ੍ਰਿਤਪਾਲ ਦੇ ਸਾਥੀਆਂ ਦੀ? ਦੇਖੋ, ਜਿਹੜਾ ਮੈਨੂੰ ਪਤਾ ਲੱਗਿਆ ਇਹ ਹੀਰ ਸੇ ਗੱਲ ਸੁਣਨ ਵਾਲੀ ਹੁੰਦੀ ਹੈ ਤਾਂ ਅੱਗੋਂ ਸੁਣੀ ਹੁੰਦੀ ਹੈ ਜੀ, ਪਰ ਮੈਨੂੰ ਇਹ ਪਤਾ ਲੱਗਿਆ ਹੈ ਕਿ ਇਹ ਵਾਧਾ ਨਹੀਂ ਕੀਤਾ, ਉਹਨਾਂ ਨੂੰ ਦੁਬਾਰੇ ਸਿਰੇ ਤੋਂ ਲਾਤੀ ਹੈ। ਜੀ, ਵਾਧਾ ਤਾਂ ਹੋਇਆ ਹੀ ਨਹੀਂ, 1 ਸਾਲ ਲਈ ਸੀ ਇਹ। ਇਹਨਾਂ ਨੇ ਅਗਲੇ ਦਿਨ ਉਸੇ ਵਕਤ ਹੀ ਉਹਨੂੰ ਖਤਮ ਕਰਕੇ ਨਵੇਂ ਸਿਰੇ ਲਾਤੀ ਹੈ, ਜਿਹੜੀ ਇੱਕ ਬੜੀ ਸ਼ੇਮਫੁਲ ਗੱਲ ਮੈਂ ਕਹੂੰਗਾ ਕਿ ਇੰਡੀਆ ਦੇ ਅੰਦਰ ਇਸੇ ਤਰ੍ਹਾਂ ਕਰਨਾ। ਦੇਖੋ, ਜਦੋਂ ਵੀ ਇਹ ਲੱਗਣੀ ਹੈ NSA, ਉਹ ਪੱਗ ਤੇ ਲੱਗਣੀ ਹੈ ਯਾਰ, ਫੇਰ ਆਉਂਦੇ ਕੀ ਅਸੀਂ ਰੁਕੇ, ਕੀ ਦੇਸ਼ ਕਹੀਏ ਅਸੀਂ ਆਪਦਾ ਇਹਨੂੰ, ਜੀ ਜੀ, ਇਹਨੂੰ ਅਸੀਂ ਕਿਵੇਂ ਕਵਾਂਗੇ ਕਿ ਅੰਗਰੇਜ਼ਾਂ ਤੋਂ ਬਾਅਦ ਕਾਨੂੰਨ ਬਦਲਿਆ ਹੈ, ਇਹਨੂੰ ਕਿਵੇਂ ਕਰਾਂਗੇ ਕਿ ਅੰਗਰੇਜ਼ਾਂ ਤੋਂ ਬਾਅਦ ਸਾਨੂੰ ਆਜ਼ਾਦੀ ਮਿਲੀ ਹੈ। ਯਾਰ, ਕਿਸੇ ਬੰਦੇ ਦਾ ਗੁਨਾਹ ਹੋਵੇ ਤੇ ਗੁਨਾਹ ਦੇ ਵਿੱਚ ਕੋਈ ਲੱਗ ਜਾਏ, ਚੱਲ ਕੋਈ ਗੱਲ ਨੀ, ਜਿਹੜੇ ਪਰਿਵਾਰਾਂ ਦਾ ਦਸਾਂ ਬੰਦੇ ਦਾ ਗੁਨਾਹ ਹੀ ਹੈ ਨੀ ਯਾਰ। ਸਭ ਤੋਂ ਬੰਦਾ ਇੱਕਵਾਂ ਦੇਖਦਾ ਉਹ ਜਿਹੜਾ ਪ੍ਰਧਾਨ ਮੰਤਰੀ ਵਾਜੇ ਗਏ ਹੈ, ਤੁਸੀਂ ਉਹਦੀਆਂ ਪੁਰਾਣੀਆਂ ਵੀਡੀਓ ਚੱਕ ਕੇ ਦੇਖੋਗੇ ਤਾਂ ਤੁਹਾਨੂੰ ਕਈ ਵਾਰ ਲੱਗੂਗਾ ਕਿ ਉਹਦਾ ਜਿਹੜਾ ਦਿਮਾਗ ਹੈ ਉਹ ਕਿਸ ਟਾਈਪ ਦਾ। ਜੀ, ਕਈ ਵਾਰ ਤਾਂ ਲੱਗੂ ਉਸਨੂੰ ਬੱਚਿਆਂ ਵਾਲੀਆਂ ਹਰਕਤਾਂ ਕਰ ਰਿਹਾ ਜੀ। ਉਸ ਬੰਦੇ ਦੇ ਉੱਪਰ ਵੀ ਆਪਾਂ NSA ਦੁਬਾਰਾ ਲਾ ਰਹੇ ਹਾਂ, ਕੀ ਇਹਨੂੰ ਕਵਾਂਗੇ ਸਾਡਾ ਮੁੱਖ ਮੰਤਰੀ ਪੰਜਾਬ ਦਾ ਕਿਹੜਾ ਚੰਗਾ ਹੈ? ਸੋ ਇੱਕ ਬੜੀ ਘਨੌਣੀ ਹਰਕਤ ਕੀਤੀ ਹੈ ਗੌਰਮੈਂਟ ਨੇ, ਹਿੰਦੁਸਤਾਨ ਦੀ ਹਕੂਮਤ ਨੇ। ਜੇ ਪੰਜਾਬ ਸਰਕਾਰ ਵਿਰੋਧੀ ਸੀ ਤਾਂ ਹਿੰਦੁਸਤਾਨ ਦੀ ਹਕੂਮਤ ਨੂੰ ਇਸ ਵਕਤ ਕਹਿਣਾ ਬਣਦਾ ਸੀ ਕਿ NSA ਨਹੀਂ ਬਣਦੀ ਇਸ ਦੇ ਉੱਪਰ। ਬੜੀ ਸ਼ੇਮਫੁਲ ਮੈਂ ਕਹੂੰਗਾ ਜਿਹੜੀ ਘਟਨਾ ਹੋਈ ਹੈ, ਜਿਹੜੀ ਦੁਬਾਰਾ ਪਾਈ ਹੈ। ਖਰਾ ਸਾਹਿਬ, ਹੁਣ ਇਹਦੇ ਵਿੱਚ ਕੀ ਹੋ ਸਕਦਾ ਹੈ? ਜਿਸ ਤਰੀਕੇ ਨਾਲ ਤੁਸੀਂ ਕੇਸ ਵੀ ਜਿਹੜੇ ਮਾਨ ਸਿੰਘ ਖਾਰਾ ਲੜ ਰਹੇ ਨੇ, ਇਹਦੇ ਵਿੱਚ ਕੀ ਹੁਣ ਕੀ ਹੋ ਸਕਦਾ ਹੈ, ਕਿਉਂਕਿ ਪਹਿਲਾਂ ਵੀ NSA ਤਾਂ ਟੁੱਟੀ ਨਹੀਂ? ਦੇਖੋ, 3 ਮਹੀਨੇ ਵਾਲੀ ਫੇਰ ਲੱਗ ਜੂਗੀ, 3 ਮਹੀਨੇ ਤੇ ਬੋਰਡ ਫੇਰ ਬਹਿ ਜਾਣਾ ਹੈ ਜੀ। ਇਹ ਦੇਖੋ, ਸਿੱਖਾਂ ਦੇ ਲਈ ਕਿਸੇ ਵੀ ਕਾਲੇ ਕਾਨੂੰਨ ਦਾ ਐਂਡ ਹੈ ਹੀ ਨਹੀਂ। ਹੋਰ ਕੌਮਾਂ ਲਈ ਸੰਵਿਧਾਨ ਵੀ ਬਦਲੇ ਜਾ ਸਕਦੇ ਨੇ, ਪਰ ਸਾਡੇ ਲਈ ਸੰਵਿਧਾਨ ਇੱਕੋ ਹੀ, ਉਦੋਂ ਹੀ ਕਾਨੂੰਨ ਚੇਂਜ ਹੁੰਦੇ ਨੇ ਜਦੋਂ ਸਾਨੂੰ ਫਾਂਸੀ ਤੇ ਕਰ ਲਿਜਾਣਾ ਹੋਵੇ ਜਾਂ ਜੇਲ੍ਹ ਦੀਆਂ ਕਾਲ ਕੋਠੜੀਆਂ 'ਚ ਰੱਖਣਾ ਹੋਵੇ। ਇਹੀ ਸਾਡੇ ਲਈ ਜਿਹੜਾ ਕਾਲਾ ਪਾਣੀ ਹੁੰਦਾ ਸੀ ਅੱਜ ਤੋਂ 70-80 ਸਾਲ ਪਹਿਲਾਂ, 85 ਸਾਲ ਪਹਿਲਾਂ, ਉਹੀ ਕਾਲਾ ਪਾਣੀ ਸਾਡੇ ਲਈ ਹੋਣਾ। ਉਦੋਂ ਸਾਡੇ ਲਈ ਅੰਗਰੇਜ਼ ਇਸ ਤਰ੍ਹਾਂ ਕਰਦੇ ਹੁੰਦੇ ਸੀ ਕਿ ਸਾਡੇ ਪੰਜਾਬ ਦੇ ਸਿੱਖਾਂ ਨੂੰ ਲਿਜਾ ਕੇ ਉੱਥੇ ਕਾਲੇ ਪਾਣੀ ਸੁੱਟ ਦੇਣਾ, ਕਰਨਾ ਜ਼ਹਿਰੀਲੇ ਸੱਪ ਸੀ, ਕੋਈ ਮਰ ਜਾਣਾ, ਕਿਸੇ ਨੇ ਪਾਗਲ ਹੋ ਜਾਣਾ, ਉਹ ਸਾਡੇ ਹਾਲਾਤ ਉਦੋਂ ਹੁੰਦੇ ਸੀ। ਅੱਜ ਬੜੇ ਭੈੜੇ ਮਨ ਨਾਲ, ਦੁਖੀ ਮਨ ਨਾਲ ਕਹਿਣਾ ਪੈਂਦਾ ਹੈ ਕਿ ਯਾਰ ਇਹਨੂੰ ਕਿਵੇਂ ਕਹਾਂਗੇ ਕਿ ਸਾਡਾ ਦੇਸ਼ ਹੈ ਯਾਰ। ਕੋਈ ਗੁਨਾਹ ਨਹੀਂ, ਕੋਈ ਕਿਸੇ 'ਤੇ ਹਮਲਾ ਨਹੀਂ, ਕਿਸੇ ਸਟੇਟ 'ਤੇ ਹਮਲਾ ਨਹੀਂ, ਕਿਸੇ ਧਰਮ 'ਤੇ ਹਮਲਾ ਨਹੀਂ। ਯਾਰ, NSA ਦੀ ਡੈਫੀਨੇਸ਼ਨ ਨਹੀਂ ਸਮਝ ਨਹੀਂ ਆਉਂਦੀ ਕਿ NSA ਕਿਉਂ ਲੱਗਦੀ ਹੈ, ਕਿਉਂ ਲਾਉਂਦੇ ਨੇ, ਕਿਸ ਪਰਪਜ ਲਈ, ਕਿਸ ਨੂੰ ਖੁਸ਼ ਕਰਨ ਲਈ ਲਾ ਰਹੇ ਨੇ। ਵਾਹ ਰੱਬਾ, ਮੈਂ ਤਾਂ ਇਹੀ ਲਫ਼ਜ਼ ਕਹੂੰਗਾ, ਮਾੜੀ ਨਹੀਂ ਹੋ ਸਕਦੀ। ਪਰਿਵਾਰਕ ਮੈਂਬਰਾਂ ਵੱਲੋਂ, ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਭੁੱਖ ਹੜਤਾਲ ਵੀ ਰੱਖੀ ਗਈ ਸੀ ਉਹਨੇ ਸਾਥੀਆਂ ਵੱਲੋਂ, ਕੀ ਲੱਗਦਾ ਕਿ ਉਹ ਚੀਜ਼ਾਂ ਦਾ ਵੀ ਜਿਹੜਾ ਅਸਰ ਸਰਕਾਰ ਤੇ ਨਹੀਂ ਪਿਆ? ਨਹੀਂ ਸਰ, ਨਹੀਂ, ਇਹਨਾਂ ਦਾ ਅਸਰ ਦੇਖੋ, ਮੈਂ ਅੱਗੇ ਵੀ ਕੰਪੇਅਰ ਕਰਦਾ, ਅੰਗਰੇਜ਼ ਦੀ ਸਰਕਾਰ ਤੇ ਹੁਣ ਦੀ ਸਰਕਾਰ 'ਚ ਕੋਈ ਫਰਕ ਨਹੀਂ ਹੁੰਦਾ। ਉਦੋਂ 150-150 ਬੰਦਾ ਮਾਰ ਦਿੰਦੇ ਸੀ ਮੋਰਚਿਆਂ 'ਚ ਬੈਠੇ ਜੀ,
ਔਰ ਤੁਸੀਂ ਰਾਣਾ ਜੱਲੇ ਵਾਲੇ ਬਾਗ ਚ ਬੈਠਿਆ ਗੋਲੀ ਚਲਾਤੀ ਸੀ, ਸ਼ਰੇਆਮ ਫਾਂਸੀ ਟੰਗ ਦਿੰਦੇ ਸੀ। ਉਹੀ ਸਰਕਾਰ ਹੁਣ ਉਸ ਟਾਈਪ ਦੀ ਹੈ। ਹੁਣ ਇਹਨਾਂ ਚ ਫਰਕ ਨੀ, ਤੁਹਾਨੂੰ ਐਵੇਂ ਲੱਗ ਰਿਹਾ ਕਿ ਫਰਕ ਹੈ, ਕੋਈ ਫਰਕ ਨੀ, ਘੱਟ ਗਿਣਤੀਆਂ ਨੀ, ਇੱਕੋ ਹੀ ਕਾਨੂੰਨ ਹੈ। ਮੈਨੂੰ ਕਈ ਬੈਠ ਕੇ ਦੱਸ ਦੇਣ ਕਿ ਉਹਨਾਂ ਦਾ ਜੁਰਮ ਕੀ ਬਣਦਾ, ਬਸ ਮੈਨੂੰ ਸਾਹਮਣੇ ਬਹਾ ਲੈਣ ਇਹਨਾਂ ਦੇ ਅਫਸਰ ਸਾਹਿਬ। ਮੈਂ ਪੁੱਛ ਲੂੰਗਾ ਕਿ NSA ਦੀ ਡੈਫੀਨੇਸ਼ਨ ਕੀ ਹੈ, ਦੱਸ ਦੇਣ ਯਾਰ। ਯਾਰ ਕਿਸੇ ਦੇਸ਼ ਨੂੰ ਤੋੜਨ ਦੀ ਗੱਲ ਨੀ ਕੀਤੀ, ਇੱਕ ਲਫ਼ਜ਼ ਇਹਨਾਂ ਨੇ ਇਹ ਕੀਤਾ ਸੀ ਕਿ ਸਾਨੂੰ ਸਨ 84 ਦਾ ਸਾਨੂੰ ਇਨਸਾਫ਼ ਨਹੀਂ ਮਿਲਿਆ। ਇਹ ਲੀਡਰ ਵੀ ਕਹਿੰਦੇ ਹੁੰਦੇ ਨੇ ਜਦੋਂ ਇਲੈਕਸ਼ਨ ਲੜਦੇ ਨੇ ਨਾ ਜੀ, ਉਦੋਂ ਕਹਿੰਦੇ ਹੁੰਦੇ ਨੇ ਕਿ ਸਾਨੂੰ 1984 ਦਾ ਇਨਸਾਫ਼ ਨਹੀਂ ਮਿਲਿਆ। ਪਾਣੀਆਂ ਦਾ ਧੱਕਾ ਕੀਤਾ ਗਿਆ ਪੰਜਾਬ ਨਾਲ, ਇਹ ਲੀਡਰ ਵੀ ਕਹਿੰਦੇ ਹੁੰਦੇ ਨੇ। ਜੇ ਆਮ ਸਾਡੇ ਵਰਗਾ ਬੰਦਾ ਕਹਿ ਦਿੰਦਾ ਹੈ ਤੇ ਅਸੀਂ ਮੁਲਜ਼ਮ ਬਣ ਜਾਂਦੇ। ਦੇਖੋ ਇਹ ਦੋਨੋਂ ਲਫ਼ਜ਼ ਜਿਹੜੇ ਨੇ, ਇੱਕ ਇਹ ਲੀਡਰ ਬੋਲਦੇ ਨੇ, ਚਾਹੇ ਭਾਜਪਾ, ਚਾਹੇ ਆਪ ਹੈ, ਚਾਹੇ ਅਕਾਲੀ, ਇਹ ਇਲੈਕਸ਼ਨਾਂ ਦੇ ਕੋਲ ਜਾ ਕੇ ਬੋਲਦੇ ਨੇ। ਅਸੀਂ ਆਪਦਾ ਜਸਟਿਸ ਲੈਣ ਲਈ, ਅਸੀਂ ਇਮੋਸ਼ਨਲ ਲੋਕ ਹਾਂ, ਅਸੀਂ 24 ਘੰਟੇ ਬੋਲਦੇ ਹਾਂ, ਪਰ ਕਹਿੰਦਾ ਇਹ 3 ਮਹੀਨੇ ਬੋਲਦੇ ਨੇ, ਅਸੀਂ ਸਾਰਾ ਸਾਲ ਬੋਲਦੇ ਹਾਂ ਕਿ ਸਾਨੂੰ ਜਸਟਿਸ ਨਹੀਂ ਮਿਲਦਾ ਇੰਡੀਆ 'ਚ। ਇਹ 3 ਕੁ ਮਹੀਨੇ ਬੋਲਦੇ ਨੇ ਸਾਨੂੰ 84 ਦਾ ਇਨਸਾਫ਼ ਨਹੀਂ ਮਿਲਿਆ। ਇਹਨਾਂ 'ਤੇ NSA ਨਹੀਂ ਲੱਗਦੀ, ਪਰ ਸਾਡੇ ਵਰਗੇ ਇਨੋਸੈਂਟ ਬੰਦਿਆਂ 'ਤੇ NSA ਲੱਗ ਜਾਂਦੀ। ਦੱਸੋ, ਜਾਂ ਤਾਂ ਕੋਈ ਉਹਨਾਂ ਤੋਂ ਬਰੂਦ ਫੜਿਆ ਗਿਆ ਹੋਵੇ, ਜਾਂ ਕਿ ਉਹਨਾਂ ਨੇ ਆਰਮੀ ਤਿਆਰ ਕੀਤੀ ਹੋਵੇ। ਯਾਰ ਉਹ ਤਾਂ ਗੱਲ ਹੀ ਹੈ ਨਹੀਂ, ਇਨਵੈਸਟੀਗੇਸ਼ਨ 'ਚ ਕੱਖ ਨਹੀਂ ਆਇਆ। ਜਿਹੜੇ ਜਨਾਲੇ ਬੰਦੇ ਫੜੇ ਨੇ ਪਿਛਲੇ ਸਾਲ ਦੇ, ਉਹਨਾਂ ਦੀ ਇਨਵੈਸਟੀਗੇਸ਼ਨ ਚਲਾਨ 'ਚ ਕੀ ਆਇਆ? ਤੁਸੀਂ ਚਲਾਨ ਖੋਲ ਕੇ ਦੇਖ ਲਓ, ਕੁਛ ਆਇਆ ਕੀ? ਸਾਡੀ ਸੁਣਦਾ ਕੌਣ ਹੈ? ਸੋ ਇਦੂ ਤੇ ਮਾੜੀ ਗੱਲ ਨਹੀਂ ਹੋ ਸਕਦੀ। ਕੀ ਲੱਗਦਾ ਕਿ ਜਿਸ ਤਰੀਕੇ ਨਾਲ ਹੁਣ ਕਹਿ ਰਹੇ ਹੈ ਕਿ ਹਾਈ ਕੋਰਟ ਦੇ ਵਿੱਚ ਫਿਰ ਪੰਜਾਬ ਸਰਕਾਰ ਇੱਕ ਵਾਰੀ ਜਾਵੇਗੀ, ਇਹਦੇ ਨਾਲ ਕੀ ਹੋਵੇਗਾ ਤੁਹਾਡੇ ਅਨੁਸਾਰ? ਦੇਖੋ, ਕੋਰਟ ਨੇ ਤਾਂ ਫੈਸਲਾ ਕਰਨਾ ਹੈ ਜੀ। ਉੱਥੇ ਸਾਲ ਹੋ ਗਿਆ ਇਹ ਪੰਜਾਬ ਸਰਕਾਰ ਜਾਂ ਯੂਨੀਅਨ ਆਫ ਇੰਡੀਆ ਪੇਸ਼ ਨਹੀਂ, ਕਿਤੇ ਹੋ ਜਾਂਦੇ ਨੇ, ਇੱਕ ਆਉਂਦਾ ਦੂਜਾ ਨਹੀਂ, ਦੂਜਾ ਆਉਂਦਾ ਤੀਜਾ ਨਹੀਂ ਆਉਂਦਾ, ਉਹ ਤਾਂ ਲਗਾਤਾਰ ਇਹੀ ਕਰ ਰਹੇ ਨੇ ਜੀ। ਤੇ ਜੇ ਪੰਜਾਬ ਸਰਕਾਰ ਚਲੀ ਜਾਏਗੀ ਤਾਂ ਅੱਗੇ ਪੰਜਾਬ ਸਰਕਾਰ ਉੱਥੇ ਹੀ ਹੈ, ਕਿਉਂਕਿ ਇਹਨਾਂ ਕੋਲ ਪਾਵਰਾਂ ਹੀ ਅਨਲਿਮਿਟਡ ਨੇ ਸਟੇਟ ਕੋਲ। ਜੇ ਉੱਥੋਂ ਕੱਢ ਦੇਣਗੇ, ਬਾਈ ਚਾਂਸ ਹਾਈ ਕੋਰਟ ਕੱਢ ਦੇਗੀ, ਤਾਂ ਦੂਜੇ ਕੇਸ 'ਚ ਫਸਾ ਦੇਣਗੇ। ਮਿਸਟਰ ਖਹਿਰਾ ਵਾਲਾ ਦੇਖ ਲਓ ਨਾ, ਸੁਪਰੀਮ ਕੋਰਟ ਨੇ ਕਿਵੇਂ ਪੰਜਾਬ ਸਰਕਾਰ ਨੂੰ ਖਿੱਚਿਆ ਹੋਇਆ। ਹੁਣ ਉਹਨੂੰ ਉਸੇ ਕੇਸ 'ਚ ਉਹਦੀ ਬੇਲ ਪੈਂਡਿੰਗ ਹੈ, ਦੁਬਾਰਾ ਉਸੇ ਕੇਸ 'ਚ DDR ਪਾ ਕੇ ਫਿਰ ਅੰਦਰ ਕਰਤਾ ਉਹਨੂੰ। ਜਿਹੜਾ ਬੰਦਾ ਵੀ ਪੰਜਾਬ ਦੀ ਗੱਲ ਕਰੇਗਾ, ਜਿਹੜਾ ਬੰਦਾ ਆਪਦੀ ਕੌਮ ਦੀ ਗੱਲ ਕਰੇਗਾ, ਉਹਦੇ ਨਾਲ ਇਸੇ ਤਰ੍ਹਾਂ ਹੀ ਹੋਣਾ। ਇਹ ਕਿੰਨਾ ਚਿਰ ਹੁੰਦਾ, ਕਿੰਨਾ ਸਦੀਆਂ ਹੁੰਦਾ, ਇਹਦਾ ਬਾਰੇ ਕੁਛ ਨਹੀਂ ਕਹਿ ਸਕਦਾ। ਬਹੁਤ ਮਾੜੀ ਘਟਨਾ। ਬਹੁਤ ਬਹੁਤ ਧੰਨਵਾਦ। ਥੈਂਕ ਯੂ, ਪ੍ਰਮੰਦਰ ਜੀ, ਸਤਿ ਸ਼੍ਰੀ ਅਕਾਲ ਸਰ।